हूँ नंदेर साहिब की दस कि नंदेर साहिब तो वड्डी खबर है कुछ संगत जिहड़ी पंजाब दी उत्थे फसी हुई सी जो कि रवाना हो गई है। संगतां दीआं 10 बसां जिहड़ियां ने रवाना कर दित्तियां गईआं ने, बाकी रहिंदी संगत जिहड़ी है उसदे लई भी प्रबंध कीते गए। सो बाकी रहिंदी संगत लई भी प्रबंध कर दित्ते गए ने। दस दईए कि कुछ संगत जिहड़ी है पंजाब लई रवाना हो चुकी है। नंदेड़ तो वड्डी खबर है, नंदेड़ दे विच काफ़ी समय तो संगत फसी हुई सी, कुछ संगत जिहड़ी है पंजाब लई रवाना हो चुकी है। संगतां दीआं 10 बसां रवाना हुईआं ने, बाकी रहिंदी संगत जिहड़ी है उसदे लई प्रबंध कीते जा रहे ने। सो इह वी दस दईए कि संगतां काफ़ी समय तो फसियां हुईआं सन, गुजारिश कर रहियां सन सरकारां दी मदद दे नाल। हुण संगतां जिहड़ियां ने उन्हां नूं ਲਿਆਂ ਦੇ ਵਿੱਚ ਸ਼ਰਧਾਲੂਆਂ ਨੂੰ ਇੱਥੇ। ਸੋ ਨੰਦੇੜ ਤੋਂ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ, ਤਸਵੀਰਾਂ ਵੀ ਵਿਖਾ ਪਾ ਰਹੇ। 10 ਬੱਸਾਂ ਜਿਹੜੀਆਂ ਨੇ ਬੀਤੀ ਦੇ ਰਾਤ ਜਿਹੜੀਆਂ ਰਵਾਨਾ ਹੋਈਆਂ ਨੇ, ਔਰ ਕਿਹਾ ਜਾ ਰਿਹਾ ਕਿ ਕੱਲ੍ਹ ਸਵੇਰ ਜਾਂ ਦੁਪਹਿਰ ਤੱਕ ਜਿਹੜੀਆਂ ਨੇ ਇਹ ਬੱਸਾਂ ਪੰਜਾਬ ਪਹੁੰਚਣਗੀਆਂ। 4000 ਸ਼ਰਧਾਲੂ ਜਿਹੜੇ ਨੇ ਇਹ ਵੀ ਦੱਸ ਦਈਏ ਕਿ ਦੱਸੇ ਜਾ ਰਹੇ ਨੇ ਉੱਥੇ ਫਸੇ ਹੋਏ ਸਨ, ਔਰ 4000 ਦੇ ਵਿੱਚੋਂ 10 ਬੱਸਾਂ ਦੇ ਵਿੱਚ ਇਹ ਸ਼ਰਧਾਲੂ ਜਿੰਨੇ ਵੀ ਆ ਸਕੇ ਨੇ ਉਹਨਾਂ ਨੂੰ ਲਿਆਂਦਾ ਗਿਆ। ਔਰ ਹੁਣ ਬਾਕੀ ਦੇ ਰਹਿੰਦੇ ਹੋਏ ਸਾਰਿਆਂ ਦੇ ਲਈ ਇਹ ਪ੍ਰਬੰਧ ਕਰ ਦਿੱਤੇ ਗਏ ਨੇ, ਯਾਨੀ ਕਿ ਥੋੜ੍ਹੇ ਸਮੇਂ ਬਾਅਦ ਇਹ ਵੀ ਜਿਹੜੀਆਂ ਬੱਸਾਂ ਨੇ ਉੱਥੋਂ ਰਵਾਨਾ ਹੋ ਜਾਣਗੀਆਂ। ਸੋ ਇੱਕ ਵਾਰ ਮਸਲਾ ਇਹ ਵੀ ਸਾਹਮਣੇ ਆਇਆ ਸੀ ਕਿ ਕਹਿ ਕੇ ਐਲਾਨ ਕਰਕੇ ਥੋੜ੍ਹਾ ਜਿਹਾ ਕੰਮ ਮੱਧਮ ਪੈ ਗਿਆ ਸੀ। ਬੀਤੇ ਕੱਲ੍ਹ ਦੁਪਹਿਰ ਤੱਕ ਕੋਈ ਵੀ ਜਾਣਕਾਰੀ ਇਹਨਾਂ ਸ਼ਰਧਾਲੂਆਂ ਨੂੰ ਨਹੀਂ ਸੀ ਕਿ ਤੁਹਾਨੂੰ ਲੈ ਕੇ ਜਾਇਆ ਜਾਵੇਗਾ, ਜਦਕਿ ਕਿਹਾ ਜਾ ਰਿਹਾ ਸੀ ਕਿ ਸਵੇਰ ਵੇਲੇ ਤੁਸੀਂ ਜਿਹੜਾ ਤੁਹਾਨੂੰ ਰਵਾਨਾ ਕਰ ਦਿੱਤਾ ਜਾਏਗਾ। ਸੋ ਉਸ ਤੋਂ ਬਾਅਦ ਚਰਚਾ ਕੀਤੀ ਗਈ ਲਿਵਿੰਗ ਇੰਡੀਆ ਦੇ ਵੱਲੋਂ। ਸੋ ਉਸ ਨੂੰ ਲੈ ਕੇ ਜਦੋਂ ਸਵਾਲ ਪੁੱਛੇ ਗਏ ਤਾਂ ਫਿਰ ਇਹ ਦੇਰ ਰਾਤ ਜਿਹੜੀ ਹੈ ਉਹ ਹਮਲਾ ਮਾਰਿਆ ਗਿਆ ਕਹਿ ਸਕਦੇ ਹਾਂ, ਔਰ ਬੱਸਾਂ ਦੇ ਵਿੱਚ ਇਹਨਾਂ ਸ਼ਰਧਾਲੂਆਂ ਨੂੰ ਬਿਠਾਇਆ ਗਿਆ ਔਰ ਹੁਣ ਰਵਾਨਾ ਜਿਹੜਾ ਉੱਥੋਂ ਕਰ ਦਿੱਤਾ ਗਿਆ। ਸੋ ਕਹਿ ਸਕਦੇ ਹਾਂ ਸ਼ਰਧਾਲੂ ਜਿਹੜੇ ਨੇ ਉਹ ਬੜੇ ਹੀ ਪਰੇਸ਼ਾਨ ਸਨ, ਕਿਉਂਕਿ ਫੋਨ ਲਾਈਨ 'ਤੇ ਵੀ ਸਾਡੇ ਨਾਲ ਜੁੜੇ ਸਨ, ਬੜੇ ਪਰੇਸ਼ਾਨ ਸਨ। ਸੋ ਉਹਨਾਂ ਨੇ ਕਿਹਾ ਕਿ ਸਾਨੂੰ ਇੱਥੇ ਬੜੀ ਮੁਸ਼ਕਿਲ ਆ ਰਹੀ ਹੈ, ਕਿਉਂਕਿ ਇੱਥੇ ਉਹ ਲੋਕ ਨੇ ਜਿਹੜੇ ਕਈ ਬਿਮਾਰੀਆਂ ਤੋਂ ਗ੍ਰਸਤ ਨੇ, ਬਿਮਾਰੀਆਂ ਪੁਰਾਣੀਆਂ ਨੇ ਜਿਸ ਤਰ੍ਹਾਂ ਦੇ ਨਾਲ ਬੀਪੀ, ਸ਼ੂਗਰ। ਸੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਇਸ ਕਰਕੇ ਲੋਕਾਂ ਨੂੰ ਦਵਾਈਆਂ ਤੱਕ ਨਹੀਂ ਮਿਲ ਰਹੀਆਂ। ਮਹਾਰਾਸ਼ਟਰ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ ਤਾਂ ਕੋਰੋਨਾ ਦਾ ਕਹਿਰ ਉੱਥੇ ਬਹੁਤ ਜ਼ਿਆਦਾ, ਇਸ ਕਰਕੇ ਮੁਸ਼ਕਿਲਾਂ ਜ਼ਿਆਦਾ ਆ ਰਹੀਆਂ ਨੇ। ਸੋ ਕੋਰੋਨਾ ਦੇ ਕਹਿਰ ਕਰਕੇ ਕਾਫੀ ਪਰੇਸ਼ਾਨੀ ਸੀ, ਅਤੇ ਹੁਣ ਇਹਨਾਂ ਸ਼ਰਧਾਲੂਆਂ ਨੂੰ ਲਿਆਂਦਾ ਗਿਆ ਔਰ ਇੱਥੇ 10 ਬੱਸਾਂ ਦੇ ਵਿੱਚ ਇਹਨਾਂ ਨੂੰ ਬਿਠਾ ਕੇ ਰਵਾਨਾ ਕਰ ਦਿੱਤਾ ਗਿਆ। ਔਰ ਇਹ ਕੱਲ੍ਹ ਦੁਪਹਿਰ ਤੱਕ ਕਿਹਾ ਜਾ ਰਿਹਾ, ਕੱਲ੍ਹ ਸਵੇਰ ਤੱਕ ਜਿਹੜੀਆਂ ਬੱਸਾਂ ਨੇ ਇੱਥੇ ਉਮੀਦ ਹੈ ਪੂਰੀਆਂ ਪਹੁੰਚ ਜਾਣਗੀਆਂ ਔਰ ਸ਼ਰਧਾਲੂ ਆਪਣੇ ਆਪਣੇ ਘਰੋਂ ਘਰ ਹੀ ਜਾ ਸਕਦੇ ਨੇ, ਕਿਉਂਕਿ ਇਹਨਾਂ ਦੇ ਵਿੱਚ ਬਜ਼ੁਰਗ ਨੇ, ਜਵਾਨ ਨੇ, ਬੱਚੇ ਵੀ ਨੇ। ਸੋ ਕਾਫੀ ਮੁਸ਼ਕਿਲਾਂ ਆਉਂਦੀਆਂ। ਦਾਸ ਮਨਪ੍ਰੀਤ ਸਿੰਘ, ਗੋਬਿੰਦ ਸਿੰਘ ਗੁਰਜੀਵਾਲੇ, ਬੋਰਡ ਮੈਂਬਰ ਗੁਰਦੁਆਰਾ ਤਖ਼ਤ ਸਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ, ਅੱਜ ਬੜੀ ਖੁਸ਼ੀ ਦੀ ਗੱਲ ਹੋਈ, ਗੁਰੂ ਸਾਹਿਬ ਦੀ ਕਿਰਪਾ ਨਾਲ, ਸੰਤਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ, ਸੰਤਾਂ ਮਹਾਂਪੁਰਸ਼ਾਂ ਦੇ ਉਪਰਾਲੇ ਨਾਲ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਜਿਹੜੀ ਸੰਗਤ ਸੀ, 350 ਸੰਗਤ ਤਖ਼ਤ ਸਾਹਿਬ ਦੇ ਵਿੱਚ ਸੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਕੋਲ 3500, ਸੰਤ ਬਾਬਾ ਨਿਧਾਨ ਸਿੰਘ ਜੀ ਡੇਰੇ ਵਿੱਚ ਹੈਗੀ, ਅਤੇ ਅੱਜ ਜਿਹੜੀ ਸੰਗਤ ਹੈਗੀ ਇੱਥੇ ਤਖ਼ਤ ਸਾਹਿਬ ਜਿਹੜੀ ਸੰਗਤ ਰੁਕੀ ਸੀ 350 ਸੰਗਤ, ਅੱਜ ਅਸੀਂ 10 ਬੱਸਾਂ ਕਰਕੇ ਉਹਨਾਂ ਨੂੰ ਪੰਜਾਬ ਨੂੰ ਅੱਜ ਚਾਲੇ ਪਾ ਕੇ ਸੰਗਤ ਨੇ ਅੱਜ, ਅਤੇ ਇਸ ਕਰਕੇ ਬੜੀ ਖੁਸ਼ੀ ਦੀ ਗੱਲ ਹੈਗੀ, ਸੰਗਤ ਆਪ ਆਪਣੇ ਘਰ ਵਿੱਚ ਪਹੁੰਚਣਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤਾਂ ਜਿਹੜੀਆਂ ਨੇ ਪੰਜਾਬ ਦੇ ਲਈ ਰਵਾਨਾ ਹੋਈਆਂ ਨੇ ਔਰ ਤਸਵੀਰਾਂ ਤੁਹਾਨੂੰ ਵਿਖਾਈਆਂ ਨੇ, ਔਰ ਖਾਸ ਤੌਰ 'ਤੇ ਦੱਸ ਦਈਏ ਕਿ ਇਹਨਾਂ ਸੰਗਤਾਂ ਦੇ ਵਿੱਚ ਹੁਣ ਕਾਫੀ ਉਤਸ਼ਾਹ ਹੈ। ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਤੇ ਅੱਜ ਦੀ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ESS ਗਲੋਬਲ ਤੁਹਾਨੂੰ ਇਹ ਐਡਵਾਈਸ ਦਿੰਦਾ ਕਿ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ, ਆਪਣੀ ਹੈਲਥ ਅਤੇ ਸੇਫਟੀ ਦਾ ਖਿਆਲ ਰੱਖੋ, ਸਿਰਫ ਜਿਹੜੇ ਬਹੁਤ ਜ਼ਰੂਰੀ ਕੰਮ ਹੈ ਉਹਨਾਂ ਵਾਸਤੇ ਹੀ ਘਰੋਂ ਬਾਹਰ ਨਿਕਲੋ। ਇੱਥੇ ਹੀ ਕੁਐਸਚਨ ਖੜਾ ਹੁੰਦਾ ਹੈ ਕਿ ਮੇਰਾ ਬਾਹਰ ਜਾਣ ਦਾ ਸੁਪਨਾ ਬਿਨਾਂ ਘਰੋਂ ਬਾਹਰ ਨਿਕਲੇ ਕਿੱਦਾਂ ਪੂਰਾ ਹੋਏਗਾ। ਤੁਹਾਡੇ ਸਾਰੇ ਸੁਪਨਿਆਂ ਨੂੰ ਮੁੱਖ ਰੱਖਦੇ ESS ਗਲੋਬਲ ਲੈ ਕੇ ਆਇਆ ਔਨਲਾਈਨ ਪਲੈਟਫਾਰਮ, ਲੌਗਇਨ ਕਰੋ ESSGlobal.com। ਔਨਲਾਈਨ ਕਾਉਂਸਲਿੰਗ ਘਰੇ ਬੈਠੇ ਪੂਰੇ ਪਰਿਵਾਰ ਨਾਲ ਲਓ, ਘਰੇ ਬੈਠ ਕੇ ਸਪਟੈਂਬਰ 2020 ਇਨਟੇਕ ਵਾਸਤੇ। ਹੁਣੇ ਲੌਗਇਨ ਕਰੋ ESSGlobal.com ਐਂਡ ਆਪਣੀ ਕਾਉਂਸਲਿੰਗ ਦੀ, ਔਨਲਾਈਨ ਕਾਉਂਸਲਿੰਗ ਦੀ ਅਪੁਆਇੰਟਮੈਂਟ ਬੁੱਕ ਕਰੋ।